بسم اللہ الرحمن الرحیم. السلام علیکم. کی حال ہیں سارے برا؟ ٹھیک ہو؟ 4000 فار سیل مکمل جینوان جینوان تے بہت سستا 3600 دی قیمت وچ تے ٹائر مزدے دے ٹائر انجن فل ٹائٹ گیئر بکس فل ٹائٹ پچھلے سب بریکاں تک فل ٹائٹ اسی تے ولاتی ولاتی اسی اتو جڑا کچھ ہے تھوڑے سامنے شو ਸੁੱਧੀ ਪੱਧਰੀ ਜਾਨਵਰ ਰਿਮ ਆਪਣੇ ਅੱਬਾ 75 ਵਾਲੀਆਂ ਹਾਊਸਿੰਗ ਵਲੈਤੀ ਵਲੈਤੀ ਉਸੇ ਗੇਅਰ ਬਕਸਾ ਵਲੈਤੀ ਵਲੈਤੇ ਪਿਛਲਾ ਹਿੱਸਾ ਵਲੈਤੀ ਵਲੈਤੇ ਆਇਆ ਅਕਸਲ ਦੇਸੀ ਰਿਮ ਸਾਫ਼ ਸੁਥਰੇ ਜਾਨਵਰ ਰੰਗ ਟਾਇਰ ਗੋਨੇ ਹੈ ਵੇਖ ਲਓ ਹੁੱਕ ਸੀਟ ਬੰਪਰ ਲੱਗਾ ਹੋਇਆ ਕਿ ਸੀਟ ਕੋਈ ਨਹੀਂ ਸੀਟ ਕੋਈ ਨਹੀਂ ਸੰਗਲੀਆਂ ਅੰਦਰ ਆਈਆਂ ਹੈਂਡ ਬਾਰਲੀਆਂ ਕੋਈ ਨਹੀਂ ਅਤੇ ਲਿੰਕਾਂ ਬੜੀਆਂ ਸਾਫ਼ ਸੁਥਰੀਆਂ ਟੂਪਾਂ ਵੇਖੋ ਕੰਨੇ ਜਿਵੇਂ ਹੁਣ ਲਿੰਕਾਂ ਵਿੱਚ ਪਈਆਂ ਹੈ ਦੂਜੀ ਸਾਈਡ ਦਾ ਟਾਇਰ ਅਗਲਾ ਮਜ਼ਦੇ ਦਾ ਪਿਛਲਾ ਕੋਨਾ ਰਿਮ ਆਪਣਾ ਜੈਨੂਅਨ ਲਾ ਤੇ ਸਲਾਬ ਸਟਾਰਟ ਬੈਟਰੀ ਨਾਲ ਮਾਡਲ 68 ਸਾਫ਼ ਸੁਥਰਾ ਬਲਾਕ ਦਾ ਰੰਗ ਵੇਖ ਲਓ ਆਪਣਾ ਸਾਫ਼ ਸੁਥਰਾ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਆਪਾਂ ਵੇਖ ਲਓ ਸੀਟ ਬੰਪਰ ਰੋਕ ਲੱਗੀ ਹੋਈ ਵਲੈਤੇ ਵਲੈਤੇ ਆਪਣੇ ਪੁਰਾਣਾ ਰੰਗ ਹੋਇਆ ਰਿਹਾ ਹੁਣ ਸਾਰਾ ਆਪਣਾ ਰੰਗ ਕੱਢੀ ਖੜੋਤਾ ਬਾਡੀ ਦੀ ਕੋਈ ਬੰਦ ਰੋਡ ਨਹੀਂ ਫੀਅਰ ਵਾਲਾ ਪੰਪ ਲੱਗਾ ਹੋਇਆ ਇਹ ਜਨਾਬ ਦੂਰ ਦੇ ਲੋਕ ਚੈੱਕ ਕਰ ਲਓ ਸਹੀ ਵੀ ਕਹਿੰਦਾ ਕੋਈ ਨਹੀਂ ਪਾਈ ਪਿਆ ਹਾਂ ਜਨਾਬ ਬੰਪਰ ਦੇ ਹਾਲਾਤ ਤੁਸੀਂ ਵੇਖ ਲਏ ਇਹ ਦੂਰ ਦੇ ਲੋਕ ਥੋੜ੍ਹੀ ਜਿਹੀ ਵਿਖਾਏ ਅਤੇ ਇਹ ਬਾਈ ਜਾਨ ਟਰੈਕਟਰ ਇਹ ਫੋਰਡ 4000 ਅਤੇ ਇਹਦੇ ਨਾ ਤੁਸੀਂ ਯੂਟਿਊਬ 'ਤੇ ਵੀਡੀਓ ਲਿਆ ਤਾ ਜੀ ਮਿਹਰਬਾਨੀ 1968 ਮਾਡਲ ਟਰੈਕਟਰ ਗੇਅਰ ਹਿੱਸੇ ਦਾ ਬੇ ਆਵਾਜ਼ ਹੈ ਇੰਜਣ ਵੀ ਠੀਕ ਹੈ ਅਤੇ ਰਹੀਮ ਯਾਰ ਖਾਨ ਦਾ ਨੰਬਰ ਹੈ ਇਹਦਾ ਕਾਪੀ ਜੈਨੂਇਨ ਵੀ ਹੈ 2006 'ਚ ਕੰਪਿਊਟਰ ਵੀ ਬਣੀ ਆ ਅਤੇ ਇਹਦਾ ਜ਼ਿਲ੍ਹਾ ਸ਼ੇਖਪੁਰਾ ਅੱਡਾ ਫਿਰੋਜ਼ ਵਟੋਆਂ 'ਤੇ ਖੜ੍ਹਾ ਹੈ ਲੋਕੇਸ਼ਨ 'ਤੇ ਡਿਮਾਂਡ ਇਹਦੀ 7,80,000 ਕਰਦੇ ਪਏ ਹਾਂ ਅਤੇ ਮੌਕੇ 'ਤੇ ਕਮੀ ਪੇਸ਼ੀ ਕਰ ਲਾਂਗੇ ਤੁਹਾਡੀ ਮਿਹਰਬਾਨੀ ਹੈ ਵੀਡੀਓ ਲਾ ਦਿਓ ਅਤੇ ਮੇਰਾ ਕੋਂਟੈਕਟ ਨੰਬਰ ਵੀ ਦੇ ਦਿਆ ਜੇ 0349 ਉਹਨਾਂ ਦਾ ਕੰਟੈਕਟ ਨੰਬਰ ਲਿਖ ਲਓ 3639 407 ਅੱਲਾ ਹਾਫਿਜ਼